ਮੈਂ ਕਿਤਾਬ ਪਹਿਲਾਂ ਵੀ ਪੜ੍ਹੀ ਅੱਜ ਮੈਂ ਉਰੇ ਤੇ ਲਈ ਤਾਰੇ ਦੇ ਤੇ ਬਹੁਤ ਸਾਰੇ ਉਹਨਾਂ ਬੰਦਿਆਂ ਦਾ ਜ਼ਿਕਰ ਆਇਆ ਜਿਹੜੇ ਮਤਲਬ ਕਿ ਸੰਘਰਸ਼ ਕੇ ਵਿੱਚ ਸਹੇ ਸਿੱਧੇ ਤੌਰ ਪਰ ਨਹੀਂ ਤੇ ਮਤਲਬ ਕਿ ਠਹਾਰ ਤੇ ਬਹੁਤ बड़ी ਸੰਘਰਸ਼ ਮੇਰੇ ਕਹ ਲੜਾਈ ਲੋਕਾਂ ਦੇ ਸਿਰ ਪਰ ਜਾ ਬਿਲਕੁਲ ਠੀਕ ਤੁਸੀਂ ਮਤਲਬ ਕਿ ਉਹਨਾਂ ਕਿ ਘਰਾਂ માં ਰਹੇ ਉਹਨਾਂ ਕਿ ਗੈਲ ਰਹੇ ਅਰ ਉਹਨਾਂ ਨੇ ਆਪਣਾ ਨਿੱਜ ਤਜ ਦਿਆ ਇਸ ਤਰ੍ਹਾਂ ਲਗਾ ਤੁਹਾਨੂੰ ਵੀ ਉਹ ਬੰਦੇ ਕਿਹੜੇ ਮਤਲਬ ਕਿ ਉਹਨਾਂ ਕੇ ਅੰਦਰ ਕਿਆ ਰੂਹ ਸੀ ਜਿਹੜੀ ਉਹਨਾਂ ਨੂੰ ਪ੍ਰੇਰਣ ਰੀਤੀ ਵੀ ਥਰੇ ਗੈਲ ਖੜੇ ਹੋ ਬੇਸ਼ੱਕ ਸਿੱਧੇ ਨਹੀਂ ਥੇ ਸਾਹਮਣੇ ਦੇਖੋ ਸੰਘਰਸ਼ ਦੇ ਪਿੱਛੇ ਤਾਂ ਸਮੁੱਚੇ ਪੰਥ ਦੀ ਪੰਜਾਬ ਦੀ ਅਰਦਾਸ ਸੀ ਕਿ ਇਹ ਸੰਘਰਸ਼ ਗੁਰੂ ਲਈ ਪੰਥ ਲਈ ਪੰਜਾਬ ਲਈ ਲੜਿਆ ਗਿਆ ਸੀ ਤੇ ਸਮੁੱਚਾ ਪੰਥ ਉਹ ਦੇ ਪਿੱਛੇ ਇੱਕ ਅਰਦਾਸ ਵਾਂਗ ਖੜਾ ਸੀ ਉਹਨਾਂ ਦੀਆਂ ਦੁਵਾਵਾਂ ਉਹਨਾਂ ਦੀਆਂ ਕਮਾਈਆਂ ਤੇ ਸਾਰਾ ਪੰਜਾਬ ਹੀ ਸਾਡੀ ਠਹਿਰ ਸੀ ਅਸੀਂ ਜਿਹੜੇ ਵੀ ਇਲਾਕੇ ਚ ਜਾਂਦੇ ਸੀ ਠਹਿਰਾਂ ਸੀ ਪਿੰਡਾਂ ਦੀਆਂ ਪਿੰਡ ਸ਼ਹਿਰਾਂ ਦੇ ਸ਼ਹਿਰ ਇਹ ਵੀ ਹੈ ਨਹੀਂ ਕਿ ਇਕੱਲੇ ਸਿੱਖ ਹੀ ਠਹਿਰਾਂ ਸੀ Hindu ਸਾਡੇ ਮੈਂ ਤਾਂ ਬਹੁਤ Hindu ਹੀ ਠਹਿਰਾਂ ਸੀਗੀਆਂ ਇਹ ਜਿਹੜਾ ਇੱਕ ਵਰਤਾਂਤ ਸਿਰਜਿਆ ਗਿਆ ਕਿ Hindu ਆਂ ਦੇ ਖਿਲਾਫ ਵਾਲੀ ਇਹ ਵੀ ਕੋਈ ਇਸ ਤਰ੍ਹਾਂ ਕੋਈ ਗੱਲ ਨਹੀਂ ਸੀ ਸਾਡੀਆਂ ਦਾ Hindu ਬਹੁਤ ਠਹਿਰਾਂ ਸੀ ਸਾਰੇ ਸਾਰੇ ਭਾਈਚਾਰੇ ਇੱਕ ਹੋਰ ਜਿਹੜਾ ਵਰਤਾਂ ਤਾਂ ਆਮ ਹੀ ਆਉਂਦਾ ਕਿ ਜਾਤ ਪਾਤ ਦਾ ਇਹ ਦੇਖੋ ਰਿਐਲਿਟੀ ਸੀਗੀ ਉਸ ਵਕਤ ਕੀ ਮੈਂ ਜਦੋਂ ਫੜਿਆ ਗਿਆ ਤੇ ਬਾਹਰ ਐ ਮੈਨੂੰ ਉਦੋਂ ਆ ਕੇ ਪੜ ਕੇ ਕੁਝ ਪਤਾ ਲੱਗਿਆ ਕਿ ਮੇਰੇ ਨਾਲ ਦੇ ਬੰਦਿਆਂ ਦੀ ਜਾਤ ਪਾਤਾਂ ਕੀ ਸੀ ਉੱਚ ਤਾਂ ਹੈ ਹੀ ਨਹੀਂ ਸੀ ਸਾਨੂੰ ਪਤਾ ਹੀ ਨਹੀਂ ਸੀ ਇਹ ਕਿਹੜੀ ਗੁਜਾਤ ਆ ਕਿਹੜੀ ਗੋਤ ਆ ਜਿਹੜਾ ਸੰਘਰਸ਼ ਦਾ ਜੋ ਅਸਲ ਇੱਕ ਕੇਂਦਰੀ ਤੁਰਾ ਸੀ ਜਿਹੜੀ ਅਸਲ ਰੂਹ ਦੇ ਯਰ ਮਾ ਜਿਹੜਾ ਉਹ ਹਿੱਸਾ ਸੀ ਉਹ ਚ ਇਹ ਜੀ ਕੋਈ ਗੱਲ ਨਹੀਂ ਸੀ ਨਾ ਬਰਾਦਰੀ ਦੀ ਨਾ ਜਾਤ ਦੀ ਨਾ ਲੱਕੇ ਦੀ ਨਾ ਬੋਲੀ ਦੀ ਇਹ ਤਾਂ ਸਮੁੱਚਾ ਪੰਥ ਤੇ ਪੰਜਾਬ ਦਾ ਸੰਘਰਸ਼ ਸੀ ਤੇ ਆਜ਼ਾਦੀ ਦਾ ਸੰਘਰਸ਼ ਸੀ ਤੇ ਉਹੀ ਜਿਹੜਾ ਸੰਘਰਸ਼ ਹੁਣ ਵੀ ਅੱਗੇ ਚੱਲ ਰਿਹਾ ਉਹ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਆ ਜਿਸ ਤਰ੍ਹਾਂ ਦਾ ਸਮਾਜ ਬੇਗੰਪੁਰੇ ਵਰਗਾ ਸਮਾਜ ਜਿੱਥੇ ਸਭ ਬਰਾਬਰੀ ਹੋਵੇ ਸਾਂਝੀਵਾਲਤਾ ਹੋਵੇ ਸਾਰਿਆਂ ਦੀ ਸਬੂਲੀਅਤ ਹੋਵੇ ਤੇ ਉਹ ਰਾਜ ਹਲੇ ਮੀ ਰਾਜ ਇੱਥੇ ਇਨਸਾਫ ਹੋਵੇ ਸੱਚ ਹੋਵੇ ਦੇਵੀ ਕੀਮਤਾਂ ਦਾ ਪਹਿਰਾ ਹੋਵੇ ਤੇ ਸਰਬਉਦੇ ਭਲੇ ਲਈ ਉਹਦੀ ਹੋਈ ਕੰਟੀਨਿਊਸ਼ਨ ਸੀ ਤੇ ਅੱਜ ਵੀ ਅਸੀਂ ਕਿਸੇ ਫਾਰਮ ਚ ਉਹਦੀ ਕੰਟੀਨਿਊਸ਼ਨ ਚ ਹਾਂ ਤੁਸੀਂ ਬਾਤ ਕਰੀ ਕਿ ਬਿਨਾ ਕਿਸੇ ਧਾਰਮਿਕ ਬਖਰੇਵੇਂ ਤੇ ਥਾਰੀ ਗੱਲ ਬਹੁਤ سارے ਬੰਦੇ ਜੁੜੇ ਹਨ ਤੇ ਮੈਨੂੰ ਯਾਦ ਆਂਦਾ ਉਹ ਆਪਣੇ ਹੱਥ ਮੈਂ ਡਾਕਟਰ ਦਾ ਇੱਕ ਜ਼ਿਕਰ ਕਰਿਆ ਹਿੰਦੂ ਪਰਿਵਾਰ ਤੇ ਬਹੁਤ ਕਮਾਲ ਦੀ ਕਹਾਣੀ ਆਪਾਂ ਉਹਨਾਂ ਬੰਦਿਆਂ ਦਾ ਵਿੱਚ ਨੂੰ ਜ਼ਿਕਰ ਲੋਕਾਂ ਨੂੰ ਸੁਣਾਵਾਂ ਸੁਣਨ ਵਾਲਿਆਂ ਨੂੰ ਕਿ ਉਹ ਕਹੇ ਹਿੰਦੂ ਪਰਿਵਾਰ ਅਰੋ ਡਾਕਟਰ ਮੈਂ ਦੇਖਿਆ ਵੀ ਥਵੇਂ ਕਾਰਮਾ ਚਾਰੇ ਥਾਰੀ ਗੈਰ ਕਿ ਤੇ ਹਿਮਾਚਲ ਕਦੇ ਕਿਤੇ ਮੜਾ ਜਾ ਦੱਸੋ ਨਾ ਬਾਰੇ ਹਾਂ ਉਹ ਉਹ ਸਰ ਨੂੰ ਠਹਿਰ ਜਿਹੜੀ ਉਹ ਭਾਈ ਮਨਵੀਰ ਸਿੰਘ ਉਹਨਾਂ ਨੇ ਦਿੱਤੀ ਸੀ ਉਹਨਾਂ ਦਾ ਮਿੱਤਰ ਸੀਗਾ ਇਹ ਦੋਆਬੇ ਦੀ ਘਟਨਾ ਹੈ ਤੇ ਉਹ ਡਾਕਟਰ ਸੀ ਉਹਦੀ ਫੈਮਿਲੀ ਤੇ ਉਹਦੇ ਬੱਚੇ ਸਾਰਾ ਹੋਰ ਵੱਡਾ ਪਰਿਵਾਰ ਉਹਨਾਂ ਦਾ ਹਸਪੀਟਲ ਸੀ ਅਸੀਂ ਉੱਥੇ ਠਹਿਰਦੇ ਸੀ ਸਿੰਘਾਂ ਦਾ ਇਲਾਜ ਹੁੰਦਾ ਸੀ ਹੋਰ ਵੀ ਲਾਵ ਸਿੰਘ ਜਨਰਲ ਭਾਈ ਮਨਵੀਰ ਸਿੰਘ ਭਾਈ ਬਲਵੀਰ ਸਿੰਘ ਹੋਰ ਸਾਰੇ ਹੀ ਤੇ ਉਹ ਸਾਨੂੰ ਆਪਣੇ ਪਰਿਵਾਰ ਮੰਗੇ ਸੀਗੇ ਤੇ ਸਾਰਾ ਪੰਜਾਬ 'ਚ ਕਿਤੇ ਵੀ ਜੇ ਅਸੀਂ ਜਾਣਾ ਹੁੰਦਾ ਸੀ ਉਸ ਵਿੱਚ ਆਪਣੇ ਪਰਿਵਾਰ ਨੂੰ ਨਾਲ ਲੈ ਕੇ ਸਾਡੇ ਚਲੇ ਜਾਂਦੇ ਸੀਗੇ ਇਹ ਜਿਹੜਾ ਅਣਗਣਤੀ ਪਾਤਰ ਨੇ ਤੁਸੀਂ ਇਸ ਧਰਮ ਦੇ ਜਿੰਨਾ ਨਾਲ ਸਾਡੇ ਅਸੀਂ ਇਸ ਤਰ੍ਹਾਂ ਰਹਿੰਦੇ ਸੀ ਮਿੱਤਰਾਂ ਦੋਸਤਾਂ ਵਾਂਗ ਉਹਨਾਂ ਨੇ ਕਦੇ ਤੁਹਾਨੂੰ ਨਿਉਨ ਨਹੀਂ ਕਿਹਾ ਵੀ تمੇ ਜਿਹੜਾ ਸੰਘਰਸ਼ ਲੜ ਰਹੇ ਆਂ ਵੀ ਇਹ ਕੁਛ ਵੀ ਵਿਖਾਲਸਤਾਨ ਕਿਆ ਚੀਜ਼ ਹੈ ਜਾਂ ਫਲਾਣਾ تمੇ ਮਾਰਾ ਕਿਆ ਬਣੇਗਾ ਉਸ ਨੂੰ ਦੇ ਵਿੱਚ ਨਹੀਂ ਉਹਨਾਂ ਨੂੰ ਕਦੀ ਨਹੀਂ ਇਹ ਜੀ ਗੱਲ ਸਗੋ ਤਾਂ ਕਹਿੰਦੇ ਸੀ ਦੇਖੋ ਜਿਹੜਾ ਅਸਲ ਖਾਲਸਤਾਨ ਦਾ ਸੰਘਰਸ਼ ਆ ਉਹ ਤਾਂ ਸਮੁੱਚੀ ਸ੍ਰਿਸ਼ਟੀ ਲਈ ਮਾਨਵਤਾ ਲਈ ਆ ਤੁਮੇ ਮੜਿਆ ਆਪਾਂ ਗੱਲ ਕਰ ਰਹੇ ਮੈਂ ਇੱਕ ਮਿੰਟ ਰੋਕੇ ਮਾਫੀ ਚਾਹਾਂਗਾ ਖਾਲਸਤਾਨ ਨੂੰ ਮੜਿਆ ਦੱਸੋ ਵੀ ਖਾਲਸਤਾਨ ਕੀ ਚੀਜ਼ ਹੈ ਉਹ ਉਹ ਤਾਂ ਜਾਨੀ ਕਿ ਸਮੁੱਚੇ ਬ੍ਰਹਿਮੰਡ ਦਾ ਇੱਕ ਸੰਘਰਸ਼ ਹੀ ਆ ਜਾਨੀ ਕਿ ਅਕਾਲ ਪੁਰਖ ਨੇ ਖਾਲਸੇ ਦੀ ਸਹਾਜਨਾ ਕੀਤੀ ਹੈ ਤੇ ਖਾਲਸੇ ਦੀ ਸਹਾਜਨਾ ਹੀ ਇਸ ਕਰਕੇ ਕੀਤੀ ਹੈ ਕਿ ਅਕਾਲ ਪੁਰਖ ਦੀ ਸਤਾ ਲਾਗੂ ਕੀਤੀ ਜਾਵੇ ਤੇ ਦੇਖੋ ਗੁਰਮਤਿ 'ਚ ਸਾਡੇ ਇਹ ਹੁੰਦਾ ਕਿ ਨਾਮ ਜਪਣਾ ਨਾਮ 'ਚ ਰੰਗੇ ਜਾਣਾ ਉਹੋ ਜਿਹਾ ਜੀਵਨ ਜਿਉਣਾ ਤੇ ਹੋਰਾਂ ਨੂੰ ਜਪਾਉਣਾ ਇਹ ਹੀ ਅਲਟੀਮੇਟ ਹੈਗਾ ਤੇ ਜੇ ਤੁਸੀਂ ਇਹੋ ਜੀ ਜ਼ਿੰਦਗੀ ਜਿਉਣੀ ਹੈ ਇਹੋ ਜਿਹਾ ਬਣਨਾ ਤੇ ਉਹਦੇ ਲਈ ਸਮਾਜ ਤੁਹਾਨੂੰ ਸੰਗਤ ਚਾਹੀਦੀ ਆ ਸੰਗਤ ਲਈ ਸਮਾਜ ਚਾਹੀਦਾ ਸਮਾਜ ਗਰਵਾਣੀ ਚ ਹੈ ਕਿ ਬੇਗਮਪੁਰੇ ਵਰਗਾ ਸਮਾਜ ਜਿੱਥੇ ਸਾਂਝੀਵਾਲਤਾ ਹੋਵੇ ਜਿੱਥੇ ਬਰਾਬਰੀ ਹੋਵੇ ਜਿੱਥੇ ਸਾਰਿਆਂ ਨੂੰ ਸ਼ਮੂਲੀਅਤ ਹੋਵੇ ਜਿੱਥੇ ਥੱਲੇ ਤੱਕ ਆਜ਼ਾਦੀ ਹੋਵੇ ਜਿੱਥੇ ਇੰਡੀਪੈਂਡੈਂਟ ਸੋਵਰਿਨਟੀ ਹੋਵੇ ਤੇ ਸਮਾਜ ਤਾਂ ਹੀ ਰਹਿ ਸਕੇਗਾ ਜੇ ਰਾਜ ਉਹੋ ਜਿਹਾ ਹੋਏਗਾ ਤੇ ਰਾਜ ਗਰਵਾਣੀ ਚ ਉਹ ਹਲੇਮੀ ਰਾਜ ਦੀ ਗੱਲ ਕੀਤੀ ਹੈ ਕੋ ਜੋ ਇਨਸਾਫ ਤੇ ਸੱਚ ਤੇ ਹੋਵੇ ਸਮੁੱਚੇ ਭ੍ਰਮੰਡ ਲਈ ਸਰਬੋਧੇਪ ਲਈ ਲਈ ਹੋਵੇ ਇਹਹੀ ਜਿਹੜਾ ਯੂਨੀਵਰਸਲ ਪ੍ਰਿੰਸੀਪਲ ਖਾਲਸਤਾਨ ਦਾ ਇਹਹੀ ਆ ਇਹ ਜਿੱਥੇ ਵੀ ਸਿੱਖ ਆ ਐਨੀਵੇਅਰ ਕਿਤੇ ਵੀ ਹੈਗਾ ਉਹਨੇ ਇਹੋ ਜੇ ਸਮਾਜ ਇਹੋ ਜੇ ਰਾਜ ਲਈ ਸੰਘਰਸ਼ ਕਰਨਾ ਹੈ ਜਿਵੇਂ ਸਾਨੂੰ ਉਹਨੂੰ ਗੁਰੂ ਨੇ ਕਿਹਾ ਕਿ ਜਿਹੜਾ ਵੀ ਆਪ੍ਰੈਸ਼ਨ ਵਾਲਾ ਐਕਸਪਲੋਇਟੇਸ਼ਨ ਵਾਲਾ ਰਾਜ ਉਹਨੂੰ ਉਹਦੇ ਖਿਲਾਫ ਸੰਘਰਸ਼ ਕਰਨਾ ਤਾਂ ਇਹੋ ਜਿਹਾ ਅਧਲੀ ਤੇ ਸੱਚ ਤੇ ਅਧਾਰਤ ਰਾਜ ਨੂੰ ਲੈ ਕੇ ਆਉਣਾ ਇਹ ਜਿਹੜੀ ਹੁਣ ਦੇ ਸਮਿਆਂ 'ਚ ਸੰਤ ਜਰਨੈਲ ਸ਼ਹੀਦ ਸੰਤ ਜਰਨੈਲ ਸਿੰਘ ਪਿੰਡਣਾ ਵਾਲਿਆਂ ਦੀ ਜਿਹੜੀ ਸ਼ਹਾਦਤ ਹੋਈ ਦਰਬਾਰ ਸਾਹਿਬ ਤੇ ਕਾਲ ਤਖਤ ਤੇ ਉਸ ਲੜੀ 'ਚ ਹੀ ਹੋਈ ਹੈ ਹੁਣ ਜਦੋਂ ਇਸ ਦਿੱਲੀ ਦੇ ਤਖਤ ਜਿਹੜਾ ਇੱਕ ਬ੍ਰਾਹਮਣ ਦਾ ਬੇਪਰਵਾਹ ਦਾ ਤਖਤ ਆ ਜਦੋਂ ਉਹਨੇ ਗੁਰੂ ਗ੍ਰੰਥ ਸਾਹਿਬ ਤੇ ਕਾਲ ਤਖਤ ਤੇ ਹਮਲਾ ਕੀਤਾ ਤੇ ਉਦੋਂ ਹੁਣ ਦੇ ਸਮਿਆਂ 'ਚ ਸੰਤਾਂ ਰਾਹੀ ਇਹ ਗੱਲ ਇਹ ਉਹ ਜਿਹੜਾ ਪ੍ਰਿੰਸੀਪਲ ਜੋ ਸੰਘਰਸ਼ੋ ਦੁਆਰਾ ਸੰਗਤਾਂ ਚ ਆਇਆ ਸਾਰੀ ਲਕਾਈ ਚ ਆਇਆ ਸਾਰੀ ਦੁਨੀਆ ਚ ਆਇਆ ਕਿ ਖਾਲਸਾਤਾਨ ਦਾ ਸੰਘਰਸ਼ ਕਿਉਂ ਜ਼ਰੂਰੀ ਆ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਇੱਚ ਦੋ ਪ੍ਰਿੰਸੀਪਲ ਆ ਇੱਕ ਤਾਂ ਇਹ ਆ ਕਿ ਜਿਹੜਾ ਇੱਕ ਜਿਹੜਾ ਇਹਦਾ ਬ੍ਰਹਮੰਡੀ ਆਧਾਰ ਆ ਕਿ ਸੱਚ ਲਈ ਇਨਸਾਫ ਲਈ ਹਲੇ ਮੀ ਰਾਜ ਲਈ ਬੇਗੰਪੁਰਾ ਲਈ ਸਰਬਦੇ ਭਲੇ ਆੜਾ ਉਹ ਸੰਘਰਸ਼ ਉਹ ਅਸੀਂ ਸਾਰੇ ਥਾਂ ਹੀ ਕਰਨਾ ਜਿੱਥੇ ਵੀ ਹਾਂ ਤੇ ਦੂਸਰਾ ਹੈ ਕਿ ਜਿਹੜਾ ਇਹ ਸਾਡਾ ਧਰਤੀ ਆ ਪੰਜ ਦਰਿਆਵਾਂ ਦੀ ਜਿੱਥੇ ਸਾਡੀ ਆਪਣੀ ਧਰਤੀ ਜਿੱਥੇ ਗੁਰੂ ਹੋਏ ਜਿੱਥੇ ਗੁਰੂ ਗ੍ਰੰਥ ਸਾਹਿਬ ਹੋਇਆ ਜਿੱਥੇ ਸਾਰੀ ਸਾਡੀ ਸਿੱਖ ਹਿਸਟਰੀ ਆ ਉਹਦੇ ਵਿੱਚ ਵੀ ਉਹੋ ਜਿਹਾ ਰਾਜ ਲੈ ਕੇ ਆਉਣਾ ਜੀਓਗ੍ਰਾਫਿਕਲੀ ਵੀ ਬਹੁਤ ਜ਼ਰੂਰੀ ਹੈ ਇਹ ਸੇ ਕਰਕੇ ਹੁਣ ਜਿਹੜਾ ਇਹ ਜਿਹੜੇ ਮਕਮਲ ਸੋਵਰਨ ਸਟੇਟ ਜਿਹੜਾ ਆ ਕਿ ਸਟੇਟ ਦਾ ਵੀ ਜਿਹੜਾ ਸਾਡਾ ਆਈਡੀਆ ਕੋਈ ਸਿੱਖ ਸਟੇਟ ਦਾ ਨਹੀਂ ਹੈਗਾ ਜਾਨੀ ਕਿ ਕਿਹੋ ਜਿਹਾ ਜਾਨੀ ਕਿ ਸਿੱਖੀ ਵਿੱਚ ਸਟੇਟ ਕਿੱਦਾਂ ਦਾ ਹੁੰਦਾ ਉਹ ਆ ਇਹ ਨਹੀਂ ਕਿ ਇਕੱਲੇ ਕਿ ਸਿੱਖਾਂ ਦਾ ਸਟੇਟ ਹੈ ਸਿੱਖ ਆਈਡੀਆ ਆਫ ਸਟੇਟ ਆ ਨਾ ਕਿ ਆਈਡੀਆ ਆਫ ਸਿੱਖ ਸਟੇਟ ਭਈ ਉਹਦੀ ਕੰਟੀਨਿਊਸ਼ਨ ਹੈ ਤੇ ਓਹੋ 84 ਵਿੱਚ ਸੰਤਾਂ ਨੇ ਬਹੁਤ ਵੱਡੀ ਸ਼ਹਾਦਤ ਦਿੱਤੀ ਉੱਥੇ ਕਾਲ ਤਖਤ ਦੇ ਉਸ ਵਕਤ ਦੇ ਉਹ ਪਹਿਰੇਦਾਰ ਸੀ ਗੁਰੂ ਵੱਲੋਂ ਭੇਜੇ ਤੇ ਉਸ ਤੋਂ ਬਾਅਦ ਨੌਜਵਾਨਾਂ ਨੇ ਉਹਨਾਂ ਦੇ ਲੀਕ ਤੇ ਚਲ ਕੇ ਖਾਲਸਾਤਨ ਲਈ ਸ਼ਹਾਦਤਾਂ ਦਿੱਤੀਆਂ ਤੇ ਉਹੀ ਸੰਘਰਸ਼ ਹੁਣ ਵੀ ਜਾਰੀ ਹੈ ਹੁਣ ਠੀਕ ਹੈ ਕਿ ਉਹ ਉਸ ਵਕਤ ਹਥਿਆਰ ਦੀ ਜ਼ਰੂਰਤ ਸੀ ਹੁਣ ਵਿਚਾਰਾਂ ਤੇ ਆਮਲਾਂ ਦੀ ਜ਼ਰੂਰਤ ਹੈ ਕਿ ਸਾਨੂੰ ਉਹੀ ਗੱਲ ਵਿਚਾਰਾ ਤੇ ਆਮਲਾਂ ਰਾਹੀ ਸਭ ਤੋਂ ਜਾਣੀ ਚਾਹੀਦੀ ਹੈ ਤੇ ਉਹ ਜਾ ਰਹੀ ਆ ਹੁਣ ਬਹੁਤ ਆ ਤੇ ਅੱਗੇ ਨਾਲੋਂ ਜ਼ਿਆਦਾ ਹੀ ਜਾ ਰਹੀ ਆ ਤੇ ਉਹਨੂੰ ਸਾਨੂੰ ਉਸੇ ਲਾਈਟ 'ਚ ਦੇਖਣਾ ਚਾਹੀਦਾ ਉਸੇ ਲਾਈਟ 'ਚ ਲੈਣੀ ਤੇ ਇਸੇ ਤਰ੍ਹਾਂ ਜਦੋਂ ਸਾਰੀ ਲਕਾਈ ਆ ਜਿਹੜੀ ਪੰਜਾਬ ਦੀ ਸਾਰੇ ਜਦੋਂ ਤੁਸੀਂ ਉਸ ਬ੍ਰਾਹਮਣ ਡਾਕਟਰ ਦਾ ਕੀਤਾ ਉਹ ਇਸੇ ਤਰ੍ਹਾਂ ਸਮਝਦੇ ਸੀ ਉਹ ਕਹਿੰਦੇ ਸੀ ਕਿ ਉਹਦਾ ਇਹ ਕਹਿਣਾ ਸੀ ਕਿ ਜਿਹੜਾ ਇਹ ਤਖਤ ਆ ਦਿੱਲੀ ਦਾ ਹੈ ਪੇਪਰ ਦਾ ਤਖਤ ਆ ਜਾਤਪਾ ਦਾ ਤਖਤ ਆ एक्सप्लॉयटेशन ਦਾ ਤਖਤ ਆਏ ਨੂੰ ਡਿਸਟਰੋਏ ਕਰਨਾ ਚਾਹੀਦਾ ਇੱਥੇ ਜਾਨੀ ਕਿ ਜੋ ਸਰਬਉਦੇ ਭਲੇ ਵਾਲਾ ਜੋ ਹਲੇਮੀ ਰਾਜ ਆ ਜੋ ਅਸਲ ਖਾਲਸਾ ਰਾਜ ਆ ਉਹ ਹੀ ਆਉਣਾ ਚਾਹੀਦਾ ਉਹ ਉਹਦੇ ਮਦਈ ਸੀ ਆਪ ਕਹਿੰਦੇ ਆ ਆ ਮਦਈ ਸੀ ਮੈਨੂੰ ਪੜਿਆ ਵੀ ਜੇ ਤੁਹਾਨੂੰ ਪੈਸਿਆਂ ਦੀ ਲੋੜ ਪੈ ਗਈ ਉਹ ਬੈਂਕ ਲੁੱਟਣੇ ਵਾਸਤੇ ਕਹਿੰਦੇ ਸਾਨੂੰ ਕਾਰ માં ਹਮਾਚਲ ਲੈ ਕੇ ਗਏ ਵੀ ਆਓ ਪਾ ਉੱਥੇ ਦੇਖਾਂ ਕੋਈ ਵੀ ਉਧਰ ਪਰ ਮੁੜਨੇ ਦਾ ਰਸਤਾ ਨਹੀਂ ਤਾਂ ਉਹ ਵੀ ਲੈ ਕੇ ਗਏ ਸੀ ਪੈਸਿਆਂ ਲਈ ਪੈਸੇ ਉਦਾਂ ਵੀ ਉਹ ਦਸਵੰਦ ਵੀ ਕੱਢ ਕੇ ਸਾਨੂੰ ਹਾਜ਼ਰ ਕਰਦੇ ਸੀ ਸਦਾ ਤੇ ਉੱਥੇ ਵੀ ਲੈ ਕੇ ਗਏ ਸੀ ਪਰ ਉੱਥੇ ਕਈ ਕਾਰਨ ਕਰਕੇ ਉਹ ਪੋਸੀਬਲ ਨਹੀਂ ਸੀ ਫਿਰ ਅਸੀਂ ਵਾਪਸ ਆ ਗਏ ਵੈਸੇ ਜਾਨੀ ਕਿ ਉਹ ਬਿਲਕੁਲ ਇਹ ਸਾਡੇ ਨਾਲ ਸਹਿਮਤ ਸੀ ਇਸ ਆਈਡੀਆ ਨਾਲ ਇਹ ਤਾਂ ਜਿਆਦਾ ਸਟੇਟ ਦਾ ਜਿਹੜਾ ਵਰਤਾਂ ਤੇ ਆ ਉਹਦਾ ਪ੍ਰੋਪੋਗੈਂਡਾ ਜਿਹੜਾ ਹੁਣ ਤੱਕ ਵੀ ਚੱਲਦਾ ਆ ਕਿ ਇਹਨੂੰ ਇੱਕ ਇਸ ਤਰ੍ਹਾਂ ਪੇਸ਼ ਕਰਨਾ ਕਿ ਇਹ ਕੋਈ ਕੁਝ ਬੰਦਿਆਂ ਦੀ ਗੱਲ ਸੀ ਕਿ ਵਾਇਲੈਂਸ ਵਾਲਿਆਂ ਦੀ ਗੱਲ ਸੀ ਇਹ ਕੋਈ ਫੰਡਾਮੈਂਟਲਿਜ਼ਮ ਸੀ ਜਾਂ ਕੋਈ ਇਹ ਸੈਪਰੇਟਿਜ਼ਮ ਸੀ ਇਸ ਤਰ੍ਹਾਂ ਦੀ ਨਹੀਂ ਇਹ ਤਾਂ ਸਮੁੱਚੇ ਲਕਾਈ ਦਾ ਇੱਕ ਇਨਸਾਫ ਦਾ ਤੇ ਇੱਕ ਦਰਸ਼ਿਕ ਰਾਜ ਦਾ ਸੰਘਰਸ਼ ਹੀ ਆ ਜਰੂਰ ਆ ਇਹਦੇ ਵਿੱਚ ਜਿਹੜਾ ਪੰਜਾਬ ਦਾ ਜਿੱਥੇ ਸਿੱਖਾਂ ਦੀ ਸਾਰੀ ਹਿਸਟਰੀ ਆ ਉਹਦੀ ਆਜ਼ਾਦੀ ਦਾ ਤੇ ਉਹਦਾ ਇੱਕ ਮਾਡਲ ਵੱਲੋਂ ਪੇਸ਼ ਕਰਨਾ ਜੋ ਸਿੱਖ ਆਈਡੀਆ ਆਫ ਸਟੇਟ ਆ ਉਹਦੇ ਰਾਹੀਂ ਉਹ ਤਾਂ ਸਾਰਿਆਂ ਲਈ ਆ ਇਹ ਸਾਨੂੰ ਹੁਣ ਵੀ ਜਾਨੀ ਕਿ ਇਸ ਗੱਲ ਸਟੇਟ ਹਾਲੇ ਫਿਰ ਉਹੀ ਦੁਆਰਾ ਕੁਝ ਕਰ ਰਿਹਾ ਜਿੱਦਾਂ ਹੁਣ ਵੀ ਦੇਖੀਏ ਯੂਐਸਾ ਸਮੇਂ ਵੀ ਕਰ ਰਿਹਾ ਕਿ ਕਿਸ ਤਰੀਕੇ ਨਾਲ ਸਿੱਖਾਂ ਨੂੰ ਆਈਸੋਲੇਟ ਕਰ ਰਿਹਾ ਖਾਲਿਸਤਾਨ ਦੇ ਨਾਂ ਤੇ ਵਾਇਲੈਂਸ ਦੇ ਨਾਂ ਤੇ ਉਹ ਉਹੀ ਕੁਝ ਕਰਨ ਦੀ ਕੋਸ਼ਿਸ਼ ਕਰ ਰਿਹਾ ਪਰ ਸਾਨੂੰ ਇਹ ਗੱਲ ਉਹਦੀ ਸਮਝਣੀ ਚਾਹੀਦੀ ਤੇ ਉਸੇ ਤਰੀਕੇ ਨਾਲ ਉਹਦਾ ਜਵਾਬ ਦੇਣਾ ਚਾਹੀਦਾ ਤੇ ਜਵਾਬ ਸਭ ਤੋਂ ਵੇਰਤਹੀ ਹੈ ਕਿ ਅਸੀਂ ਆਪਣੇ ਆਪ ਨੂੰ ਪੰਥ ਨੂੰ ਸੂਤਰਬੱਧ ਕਰੀਏ ਉਹਦੀਆਂ ਸੰਸਥਾਵਾਂ ਨੂੰ ਸਟਰੋਂਗ ਕਰੀਏ ਪਰੰਪਰਾਵਾਂ ਨੂੰ ਸਟਰੋਂਗ ਕਰੀਏ ਤਿਆਰੀ ਕਰੀਏ ਆਪਣੀ ਸਟਰੈਂਥਸ ਕਪੈਸਿਟੀ ਬਿਲਡ ਕਰੀਏ ਜੋਸ਼ ਦੇ ਨਾਲ ਨਾਲ ਹੋਸ਼ ਬਹੁਤ ਹੀ ਜ਼ਰੂਰੀ ਆ ਜੀ ਇਹ ਹੁਣ ਦੇ ਸਮੇਂ ਅੱਗੇ ਨਾਲੋਂ ਵੀ ਜ਼ਰੂਰੀ ਆ ਇਹ ਗੱਲਾਂ ਦੁਨੀਆ 'ਚ ਲੈ ਕੇ ਜਾਣ ਦੀ